ਕੜੇ ਇੱਕ ਮਿੰਟ ਸਾਈਡ 'ਤੇ ਰੱਖੇ ਹੋਈ ਫੜ ਕੇ। ਹਾਂਜੀ ਅੰਕਲ ਜੀ ਤੁਸੀਂ ਇੱਧਰ ਆ ਜਾਓ, ਅਸੀਂ ਆਉਂਗੇ ਵਿੱਚ। ਸਾਠੀ ਲੈ ਕੇ ਅੰਕਲ ਜੀ ਇੱਧਰ ਆ ਜਾਓ, ਵੀਡੀਓ 'ਚ ਅਸੀਂ ਆ ਰਹੇ ਹੋ। ਠੀਕ ਹੈ ਦੇਖ। ਹਾਂਜੀ ਜੀ ਥੋੜ੍ਹਾ ਫੇਸ ਮਾਰਕੋ, ਸਿਰ ਸਿੱਧਾ ਕਰੋ, ਫੇਸ 'ਚ ਮਾਰਕੋ। ਓਕੇ ਜੀ ਲਗਾਓ, ਲਗਾਓ ਉੱਪਰ ਸਿਹਰਾ ਲਗਾਓ, ਲਗਾਓ ਮਾੜਾ ਉੱਪਰ ਚੱਕੋ। ਕਰਨੀ ਤਾਂ ਪਊਗੀ ਅੰਕਲ ਜੀ, ਇਹ ਤਾਂ ਮੇਨ ਆ ਜੀ। ਹਾਂ ਹਾਂਜੀ ਸਾਹਮਣੇ ਰੇਟ ਥੋੜ੍ਹਾ ਕੋਈ ਦਿੱਕਤ ਨਹੀਂ ਜੀ, ਕਾਹਲੀ ਨਾ ਕਰੋ। ਓਕੇ ਭਾਜੀ ਭਲਾ ਤੁਸੀਂ ਆਓ। ਠੀਕ ਹੈ ਜੀ ਭਾਜੀ, ਚਲੋ ਬਸ ਤੁਸੀਂ ਕਰੋ ਕਰੋ ਮਾੜਾ ਸਾਹਮਣੇ ਦੇਖਿਓ ਭਾਜੀ, ਸਾਹਮਣੇ ਦੇਖਿਓ ਇੱਧਰ ਵੀਰੇ, ਘੁਮਾਣਾ ਸਿਰਾ ਮੂੰਹ ਨਾ ਘੁਮਾ ਭਾਜੀ, ਇੱਧਰ ਦੇਖਣਾ ਕੈਮਰੇ 'ਚ। ਓਕੇ ਠੀਕ ਹੈ ਜੀ, ਆਓ ਜੀ ਆਓ ਜੀ ਆਓ ਜੀ ਆਂਟੀ ਆਓ ਜੀ, ਜਿੱਦਾਂ ਪਰਾਉਣਾ ਆ ਜਾਓ। ਪਾਓ ਜੀ ਪਾਓ ਸਾਹਮਣੇ, ਥੋੜ੍ਹਾ ਜਿਹਾ ਬਰਾਬਰ ਹੋ ਜਾਓ ਇਹਦੇ ਵੀਰ ਦੇ ਬਰਾਬਰ। ਓਕੇ ਹਾਂਜੀ ਤੁਹਾਡੇ ਨਾਲ, ਹਾਂਜੀ ਸਾਹਮਣੇ ਵੀ ਥੋੜ੍ਹਾ ਭਾਜੀ ਨੀਵੀ ਪਾਓ ਹਲਕੀ ਜੀ, ਯੈਸ ਓਕੇ ਬਾਅਦ ਚ ਪਾ ਲਿਓ ਕੋਈ ਗੱਲ ਨੀ, ਆਪਾਂ ਆਰਾਮ ਨਾਲ ਕਰਾਵਾਂਗੇ ਜੀ, ਕਾਹਲੀ ਨਹੀਂ ਹੈਗੀ ਜੀ। ਬੀਬੀ ਖੜ ਜਾ ਇੱਕ ਮਿੰਟ, ਇੱਕ ਇੱਧਰ ਆ ਜਾਓ, ਇੱਕ ਪਾਲੀ ਸੜਾ ਜਾਓ ਬੀਬੀ, ਪਾਲੀ ਸੜਾ ਆ ਬੀਬੀ, ਇਹਨੂੰ ਤੁਸੀਂ ਬਚਾ ਲਿਆ ਜੀ, ਬੀਬੀ ਨੂੰ ਇੱਧਰ ਰਹਿਣ ਦਿਓ, ਤੁਸੀਂ ਬਚਾ ਲਿਆ ਥੋੜ੍ਹੇ ਦਿਨ ਹੋ ਜਾਓ ਉਹ ਸਾਹਮਣੇ ਬੈਠੀ ਗਏ। ਓਕੇ ਜੀ ਆਓ ਜੀ, ਹਾਂਜੀ ਸਾਹਮਣੇ ਸਰ ਭਾਜੀ, ਇੱਧਰ ਦੇਖਣਾ ਕੈਮਰੇ 'ਚ ਮਿੰਟ ਕੋਈ। ਹਾਂਜੀ ਸਾਹਮਣੇ ਓਕੇ ਜੀ ਆਓ ਜੀ, ਅੱਗੇ ਆਓ ਹਾਂ, ਮਾੜਾ ਜਿਹਾ ਲੱਗ ਜਾਓ ਮਾੜਾ, ਲੱਡੂ ਖਾ ਦੋ, ਲੱਡੂ ਖਾਓ ਜੀ, ਇੱਕ ਮਾੜਾ ਕੋਲੀ ਲਵਾ ਕੇ ਖਿੱਚਣਾ, ਮੂੰਹ ਬੰਦ ਰੱਖੀ ਮੂੰਹ ਬੰਦ ਰੱਖੀ, ਥਾਲੀ ਸਾਈਡ ਤੇ ਕਰ ਦੋ, ਥਾਲੀ ਬੜੇ ਜੀ ਬੜੇ ਜੀ ਥਾਲੀ, ਆਂਟੀ ਪਿੱਛੇ ਕਰ ਲਓ ਥਾਲੀ ਪਿੱਛੇ ਕਰ ਦੋ। ਓਕੇ ਇੱਕ ਹੱਥ ਮੋਢੇ ਤੇ ਰੱਖ ਲਓ, ਘੁਮਾ ਕੇ ਉੱਪਰ ਦੀ ਥੋੜਾ, ਅੱਗੇ ਨੂੰ ਆ ਜਾਓ ਅੱਗੇ ਆ ਜਾਓ, ਇੱਧਰ ਇੱਧਰ ਓਕੇ ਹਾਂ, ਲੱਡੂ ਲੱਡੂ ਖਾਓ, ਇਹ ਦੇਖੋ ਸਾਹਮਣੇ ਹਾਂਜੀ, ਬਸ ਇੱਧਰ ਨਿਗਾਹ 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 ਇੱਧਰ ਇੱਧਰ ਦੇਖੋ ਜੀ, ਇੱਧਰ 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 ਹੀ ਕੈਮਰੇ ਦੇਖੋ ਇਸ ਸਾਈਡ, ਇਸ ਸਾਈਡ ਦੇਖੋ ਯਾਰ ਕੈਮਰੇ ਇੱਧਰ ਦੇਖੋ ਜੀ ਵੇਟ। ਓਕੇ ਚਲੋ ਅੰਕਲ ਜੀ ਨਾਲ, ਆ ਲੱਡੂ ਕਰ ਦੋ ਸਾਈਡ ਤੇ ਜੀ, ਅੰਕਲ ਜੀ ਦੂਜੀ ਸਾਈਡ ਆ ਜਾਓ, ਸਾਈਡ ਚੇਂਜ ਕਰ ਲਓ, ਲੈ ਪਿੱਛੇ ਹਟ ਜਾਣਾ ਠੀਕ ਹੈ।
ਅਗਲੀ ਇਸ ਸਾਈਡ ਆ ਜਾਓ, ਅਗਲੀ ਇਸ ਸਾਈਡ ਆ ਜਾਓ ਤੁਸੀਂ, ਜੀ ਸਰ, ਹਾਂਜੀ ਸਮੇਂ ਦੇ ਦਿਓ ਕੱਲ੍ਹ ਕਿੰਨੀ ਸਾਹਮਣੇ ਭਾਅ ਜੀ, ਸਾਹਮਣੇ ਕਿਹੜਾ ਕੈਮਰੇ ਦੇਖਣਾ ਸਰ ਜੀ, ਵੇਟ ਅੱਖਾਂ ਬੰਦ ਨਹੀਂ, ਓਕੇ ਜੀ ਹੈਲੋ, ਹਾਂ ਬਾਰੀ ਕਾਲੀ ਗੇਟ ਦੇ ਆਇਓ, ਉੱਥੇ ਇਕੱਠੇ ਆਇਓ ਤੁਰ ਕੇ, ਹੈਲੋ ਮੈਂ ਤੁਰਨਾ ਪੈ ਰਿਹਾ ਤੁਹਾਨੂੰ, ਹੈਂ ਅੱਛਾ ਆਇਆ ਵੀਰੇ, ਆਓ ਜੀ ਆਜੋ, ਸਾਹਮਣੇ ਦੇਖਣਾ ਇਸ ਕੈਮਰੇ ਲੁੱਕ ਭਾਜੀ, ਦੇਖਣਾ ਬੰਦ ਕਰੋ, ਚਲ ਆਓ ਜੀ, ਕਿਹੜੀ ਗੱਡੀ ਮੋਰੇ ਜੀ ਬੈਠੇਗਾ ਪਿਛਲੀ ਜੀ, ਬੁਰੇ ਖੰਭਾ ਕਹਿੰਦੀ ਗੱਡੀ ਚਾਬੀ ਦਵਾ, ਗੱਡੀ ਚਾਬੀ ਦਵਾ, ਹੈਂ ਸਤਿ ਸ਼੍ਰੀ ਅਕਾਲ।
ਭਾਅ ਜੀ ਥੋੜ੍ਹਾ ਅੱਗੇ ਸਟੈਪ ਅੱਗੇ ਆ ਜਾਓ ਅੱਗੇ ਆ ਜਾਓ ਭਾਅ ਜੀ ਨਾ ਸਾਹਮਣੇ ਦੇਖ ਲਈ ਸਟੈਪ ਪਹਿਲਾਂ ਤੂੰ ਵੇਟ ਵਨ ਮੋਰ ਹਾਂਜੀ Thank you.
ਭਾਜੀ ਇੱਧਰ ਦੇਖਣਾ ਸਾਹਮਣੇ ਚੱਕ ਲਈ ਬਾਬਾ ਜੀ ਆਪਣਾ ਸਾਹਮਣੇ ਦੇਖ ਲਓ ਜੀ ਉੱਧਰ ਸਾਹਮਣੇ ਦੇਖ ਲਓ ਜੀ ਉੱਧਰ ਉੱਧਰ ਵੀਰੇ ਸੁੱਖ ਹੋਵੇ ਨਾਮ ਚੇਤਾ ਏ ਨਾਨਕ ਨਾਮ ਚੜ੍ਹਦੀ ਕਲਪਾ ਤੇਰੇ ਪਾਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਦਾਸ ਜੀ ਰੱਖੀਐ ਨਾਨਕ ਹਰਪਣ ਗਾਏ ਲੱਖ ਪ੍ਰਭ ਲੱਖੀਏ ਵਾਹਿਗੁਰੂ ਜੀ।
ਗੁਰੂ ਗ੍ਰੰਥ ਰਿਵਾਜ ਧੰਨਾ ਗੋਪਾਲ ਤੇਰਾ ਅਰਤਾ ਜੋ ਜਨ ਤੁੰਬਰੀ ਭਗਤ ਕਰਤੇ ਤੁਨਕੇ ਕਾਲਜ ਸਵਾਰਤਾ ਗੋਪਾਲ ਤੇਰਾ ਅਰਤਾ ਜੋ ਜਨ ਤੁੰਬਰੀ ਭਗਤ ਕਰਤੇ ਤੁਨਕੇ ਕਾਲਜ ਸਵਾਰਤਾ ਨਾਲ ਸੀਤਾ ਮਾਨੋ ਘੀਓ ਹਮਰਾ ਖੁਸ਼ੀ ਕਰਤ ਜੀਓ ਪਨੀਆ ਸ਼ਾਦਰ ਨਿਕਾ ਅਨਾਜ ਮਨੋ ਸਤ ਸੀਕਾ ਗਉ ਭੈਸ ਮਨੋ ਲਾਵੇਰੀ ਇੱਕ ਤਾਜਨ ਤੁਰੇ ਚੰਗੇਰੀ ਕਰਗੇ ਵੀ ਹਨ ਚੰਗੇ ਜੰਤਰ ਨਾ ਲੇਵੈ ਮੰਗੇ ਗਉ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੇ ਚੰਗੇਰੇ ਕਰਕੇ ਵੀ ਹਨ ਚੰਗੇ ਜੰਤਰ ਨਾ ਲੇਵੈ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਹਿਜ ਆਨੰਦ ਨੂੰ ਆਵਟ ਭਾਗੇ
Thank you.
Thank you.
ਸ਼ਾਹੀ ਦਸਵੀਂ ਪ੍ਰੇਥਾਂ ਭਗਵਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਂ ਕਾ ਸਦਕਾ ਸਦ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈਰ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਵ ਦੇਵ ਅਤੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤੂ ਜੀ ਮਾਤਾ ਧਰਾ ਖਾਕ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਸਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਤੇ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਬਖਸ਼ਿਸ਼ ਮਿਰੰਭ ਕੀਤੀ ਅੰਮ੍ਰਿਤ ਵੇਲੇ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਇਸ ਸੁਭਾਗ ਜੋੜੇ ਦਾ ਆਨੰਦ ਕਾਰਜ ਹੋਇਆ ਚਾਰ ਲਾਵਾਂ ਦਾ ਪਾਠ ਸ਼ਬਦ ਗੁਰਬਾਣੀ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਭੁੱਲਾਂ ਚੁੱਕਾਂ ਦੁਖੀਮਾ ਕਰਨਾ ਅਗਾਂਹ ਤੋਂ ਸਮਰੱਥ ਬਖਸ਼ਣੀ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਜੀਵਨ ਵਿੱਚ ਸਤਿਗੁਰੂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਮਨੋ ਭਾਵਨਾ ਪੂਰੀਆਂ ਕਰਨੀਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ ਰਹਿੰਦੇ ਕਾਰਜ ਵਿਰਾਸ ਕਰਨ ਕਿਰਪਾ ਕਰੋ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਿਆ ਸਾਹਿਬ ਭੇਟ ਕੀਤੇ ਆਪ ਜੀ ਨੇ ਕਿਰਪਾ ਕਰਕੇ ਅੰਗੀਕਾਰ ਕੀਤੇ ਹਨ ਲੋਕ ਪਰ ਲੋਕ ਪੜਦੇ ਢੱਕ ਲੈਣੇ ਸੇਵਕਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਭੇਟਾ ਸੇਵਕਾਂ ਦੀ ਪ੍ਰਵਾਨ ਕਰਨੀ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਕਿਰਪਾ ਕਰੋ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ
ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ। ਸੁਖ ਹੋਵੇ ਨਾਮ ਚੇਤਾਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਗੁਰੂ ਕੇ ਸਰ ਪਾਵੇ। ਬੋਲ ਨ ਜਾਣੇ ਮਾਇਆ ਮਨ ਮਾਤਾ, ਮਰਨਾ ਚੀਤ ਨਾ ਆਵੇ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਬੋਲਣ ਜਾਣੇ ਮਾਇਆ ਮਨ ਮਾਤਾ, ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾ ਦਾ ਸੰਤ, ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੇ ਮੇਰੇ ਰਾਮ। ਜੋ ਤੇਰੇ ਰੰਗ ਰਾਤੇ ਸੁਆਮੀ, ਤੇਰੀ ਬਖਸ਼ ਨ ਮਿੰਟੈ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਨ ਸੁਖਲ ਪਾਵੇ, ਆਠ ਪੈਰ ਆਰਾਧੇ। ਤੇਰੀ ਸ਼ਰਨ ਤੇਰੇ ਪ੍ਰਵਾਸੈ, ਪੰਚ ਦੁਸ਼ਟ ਲੈ ਸਾਧੇ। ਗਿਆਨ ਧਿਆਨ ਕਿਸ ਕਰਨ ਜਾਣਾ, ਸਾਰਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਸ ਕਰਮਣ ਜਾਣਾ, ਸਾਰਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਲੱਖ ਵਧਾਈਆਂ ਨੇ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ, ਹਜ਼ੂਰੀ ਦੇ ਵਿੱਚ, ਜੋ ਜੋ ਸ਼ਬਦਾਂ ਦੇ ਨਾਲ ਸੰਪੂਰਨ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਬਾਣੀ, ਜਿਹਦੇ ਨਾਲ ਪੂਰੇ ਸਿੱਖ ਜਗਤ ਦੇ ਆਨੰਦ ਕਾਰਜ ਹੈ। ਆਨੰਦ ਕਾਰਜ ਦਾ ਅਖਰੀ ਅਰਥ ਹੁੰਦਾ ਹੈ ਖੁਸ਼ੀ ਦਾ ਕਾਰਜ ਹੈ, ਆਨੰਦ ਦਾ ਕਾਰਜ। ਇਹ ਖੁਸ਼ੀ ਦਾ ਕਾਰਜ ਸਤਿਗੁਰੂ ਆਪ ਦੋਵਾਂ ਪਰਿਵਾਰਾਂ ਨੂੰ ਇਸ ਰਚਾ ਦੀ ਕਲਾ ਬਖਸ਼ੇ, ਆਪਸੀ ਪ੍ਰੇਮ ਪਿਆਰ ਅਥਵਾ ਬਖਸ਼ੇ। ਦੂਸਰੀ ਬੇਨਤੀ ਜੋ ਪਹਿਰਾਵੇ ਦੇ ਵਿੱਚ, ਭਾਵੇਂ ਕਿ ਅਸੀਂ ਵੇਖਾ ਵੇਖੀ ਉਹ ਕੁਛ ਵੀ ਲੋਕਾਂ ਦੇ ਪਹਿਰਾਵੇ, ਵਿਆਹਾਂ ਤੇ ਖਾਸ ਕਰਕੇ ਉਹ ਵੱਡੇ ਵੱਡੇ ਲਹਿੰਗੇ ਜਾਂ ਸ਼ੇਰਵਾਨੀਆਂ, ਜਿਨ੍ਹਾਂ ਦਾ ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਹਜ਼ਾਰ ਕਿਰਾਇਆ ਭਰ ਕੇ, ਤੇ ਫਿਰ
ਉਹ ਸਾਡੇ ਕਿਸੇ ਕੰਮ ਨਹੀਂ, ਦੋ ਚਾਰ ਘੰਟੇ ਪਾਏ ਤੇ ਉਸ ਬਾਅਦ ਕਰਾਇਆ ਦੇ ਘਰ ਨੂੰ ਆ ਗਏ। ਇਹਦੇ ਵਿੱਚ ਕਿੰਨੇ ਸਾਡੇ ਵਸਤਰ ਕੱਪੜੇ ਜਿਹੜੇ ਦੋ ਤਾਂ ਜਿਹੜੇ ਪਹਿਲੇ ਲੱਥੇ ਕੱਪੜੇ ਨੇ ਨਾ, ਉਹਨਾਂ ਨੂੰ ਵਿਆਹ ਤੋਂ ਬਾਅਦ ਪਾਉਣਾ ਬੇਸ਼ਗਨੀ ਮੰਨਦੀਆਂ ਸਨ, ਤੇ ਇਹ ਜਿਹੜੇ ਪਤਾ ਨੀ ਕਿੰਨਿਆਂ ਨੇ ਲਾਏ ਤੇ ਕਿੰਨਿਆਂ ਨੇ ਪਾਏ। ਇਹ ਅਕਾਲ ਤਖ਼ਤ ਵੱਲੋਂ ਹੀ ਇਹ ਹੁਕਮ ਹੋਇਆ ਕਿ ਇਹ ਜਿਹੜੇ ਲਹਿੰਗੇ ਸ਼ੇਰਵਾਨੀਆਂ ਕਿਰਾਏ ਦੇ ਕੱਪੜੇ ਇਹ ਨਾ ਪਾਏ ਜਾਣ, ਕਿਉਂ ਇੱਕ ਤਾਂ ਸਾਡੇ ਧਨ ਦਾ ਉਜਾੜਾ, ਦੂਜਾ ਅਸੀਂ ਜਿਹੜਾ ਸਾਡਾ ਆਪਣਾ ਪਹਿਰਾਵਾ ਉਹਨੂੰ ਅਸੀਂ ਮਨ ਸਮਝਦੇ ਤਾਂ ਹੀ ਪਾਉਣੇ ਨਾ ਦੂਜਾ ਪਹਿਰਾਵਾ। ਸਾਡਾ ਪਹਿਰਾਵਾ ਬੜਾ ਅਮੀਰ ਹੈ, ਰਾਣੀਆਂ ਮਹਾਰਾਣੀਆਂ ਦਾ ਪਹਿਰਾਵਾ ਹੈ ਸਾਡਾ ਪੰਜਾਬੀ ਜਿਹੜਾ ਪਹਿਰਾਵਾ ਹੈ, ਤੇ ਗੁਰੂ ਸਾਹਿਬ ਨੇ ਇੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਆਪਣੀਆਂ ਪੁੱਤਰੀਆਂ ਪੁੱਤਰ ਬਣਾਇਆ, ਸਿੰਘ ਲਾਇਆ, ਕੌਰ ਲਾਇਆ। ਕੌਰ ਦਾ ਅਰਥ ਹੁੰਦਾ ਹੈ ਰਾਜਕੁਮਾਰੀ, ਰਾਜੇ ਦੀ ਧੀ ਕੌਰ। ਭਾਵੇਂ ਇਹਨਾਂ ਗੱਲਾਂ ਦਾ ਨਾਮ ਪਤਾ ਹੋਣ ਕਰਕੇ ਅਸੀਂ ਅੱਧਾ ਨਾਮ ਸਾ, ਜਦੋਂ ਕੋਈ ਨਾਮ ਪੁੱਛਦਾ ਸੀ ਸਾਡੀਆਂ ਬੀਵੀਆਂ ਸਾਡੀਆਂ ਬੱਚੀਆਂ ਆਪਣਾ ਪੂਰਾ ਨਾਮ ਨਹੀਂ ਦੱਸਦੀਆਂ, ਕੱਲਾ ਕੋਈ ਨਾਮ ਦੱਸ ਕੇ ਕੌਰ ਨਹੀਂ ਆਉਂਦੀਆਂ, ਕਿਉਂ ਪਤਾ ਨਹੀਂ। ਕੌਰ ਦਾ ਅਰਥ ਹੁੰਦਾ ਹੈ ਰਾਜਕੁਮਾਰੀ, ਰਾਜੇ ਦੀ ਧੀ। ਰਾਜਿਆਂ ਵਾਲਾ ਪਹਿਰਾਵਾ ਸਾਨੂੰ ਦਿੱਤਾ ਮਹਾਰਾਜ ਨੇ, ਪਰ ਅਸੀਂ ਆਪਣੀ ਦਸਾਂਵਾਂ ਦੀ ਕਿਰਤ ਮਿਹਨਤ ਦਾ ਉਹ ਕਮਾਇਆ ਹੋਇਆ ਧੰਨ ਐਵੇਂ ਲਟਾਈ ਜਾਂਦੇ ਨੇ। ਅਕਾਲ ਤਖ਼ਤ ਨੇ ਇਹ ਹੁਕਮ ਜਾਰੀ ਕੀਤਾ ਕਿ ਇਹ ਇੱਕ ਤਾਂ ਅਸੀਂ ਵੇਖਦੇ ਰਹੇ ਕਿ ਉਹ ਇੰਨੇ ਇੰਨੇ ਭਾਰੇ ਲਹਿੰਗੇ ਤੇ ਚਾਰ ਬੀਬੀਆਂ ਫੜ ਕੇ ਉਠਾਉਂਦੀਆਂ ਨੇ, ਚਾਰ ਬੀਬੀਆਂ ਬਿਠਾਉਂਦੀਆਂ, ਨਾ ਉਹ ਚੰਗੀ ਤਰ੍ਹਾਂ ਪ੍ਰਕਰਮਾ ਕੀਤੀਆਂ ਜਾਣ, ਨਾ ਵੇਖਿਆ ਜਾਵੇ, ਨਾ ਉੱਠਿਆ ਜਾਵੇ, ਸਾਰਾ ਦਿਨ ਲੜਕੀ ਨੂੰ ਉਹਦੇ ਵਿੱਚ ਜਕੜ ਕੇ ਰੱਖਣਾ। ਇਹ ਬੜਾ ਚੰਗਾ ਕੀਤਾ ਹੈ, ਇਹ ਜਿਹੜਾ ਫੈਸਲਾ ਦੇਣ ਪਹਿਲਾਂ ਲੈ ਲੈਣਾ ਚਾਹੀਦਾ ਸੀ। ਚਲੋ ਫਿਰ ਵੀ ਦੇਰ ਆਏ ਦੁਰਸਤ ਆਏ ਕਿ ਆਪ ਜੀ ਵਧਾਈ ਦੇ ਪਾਤਰ ਹੋ ਕਿ ਆਪਣੇ ਪਹਿਰਾਵੇ ਦੇ ਵਿੱਚ ਬੱਚੀ ਬੱਚੇ ਨੇ ਨਮਸਕਾਰ ਕੀਤੇ ਨੇ, ਗੁਰੂ ਸਾਹਿਬ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ, ਪ੍ਰਸ਼ਾਦ ਵਰਤਾਇਆ ਗਿਆ ਹੈ। ਹੁਣ ਆਪ ਹੋਰ ਕਰਨੇ ਵਾਸਤੇ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਪਿੱਛੇ ਨੂੰ ਹੋ ਜਾਓ।